छेवीं सीनियर पंजाब मैन बॉक्सिंग चैंपियनशिप जिहदा उद्घाटन 1 तरीक नूं होया सी। सारे पंजाब दे विचों लगभग 140 बॉक्सरां तों उपर सी, 146 दे लगभग सी जिन्हां ने हिस्सा लिया। साडे फॉर्मर बॉक्सर अते सपोर्टर जिन्हां दी मदद सदका 6 एलाइट मैन पंजाब बॉक्सिंग चैंपियनशिप संपन्न होने जा रही है। श्री नरेंद्र सिंह जी सैनी फ्रॉम USA, श्री रूप लाल UK, दिलबाग सिंह फ्रॉम स्पेन, अमरजीत सिंह फ्रॉम कनेडा, कमलजीत सिंह फ्रॉम कनेडा। डिसीजन ऑफ बाउट नंबर 108 विन ऑन पॉइंट 5-0 इन फेवर ऑफ ब्लू, ब्लू इज द विनर। साडे फॉर्मर बॉक्सर ते सपोर्टर श्री कमलजीत सिंह फ्रॉम कनेडा, श्री रतन नागर फ्रॉम कनेडा, सरदार सतनाम सिंह ढिल्लों साउथ अफ्रीका, सरदार परमिंदर सिंह खालसा फ्रॉम USA, नीरज शर्मा जी फ्रॉम कनेडा, प्रभजोत सिंह रंधावा फ्रॉम जर्मनी। इन्हां फॉर्मर बॉक्सर ते सपोर्टां दे सदके अज 6 एलाइट मैन पंजाब बॉक्सिंग चैंपियनशिप जिहड़ी आ ਉਹ ਸੰਪਨ ਹੋਣ ਜਾ ਰਹੀ ਹੈ। ਧੰਨਵਾਦ। ਸਰ ਅੱਜ ਦਾ ਕੀ ਪ੍ਰੋਗਰਾਮ ਸੀ? ਅੱਜ ਸਰ 6ਵੀਂ ਸੀਨੀਅਰ ਪੰਜਾਬ ਮੈਨ ਬਾਕਸਿੰਗ ਚੈਂਪੀਅਨਸ਼ਿਪ ਜਿਹਦਾ ਉਦਘਾਟਨ 1 ਤਰੀਕ ਨੂੰ ਹੋਇਆ ਸੀ। ਸਾਰੇ ਪੰਜਾਬ ਦੇ ਵਿੱਚੋਂ ਲਗਭਗ 140 ਬਾਕਸਰਾਂ ਤੋਂ ਉੱਪਰ ਸੀ, 146 ਦੇ ਲਗਭਗ ਸੀ ਜਿਨ੍ਹਾਂ ਨੇ ਹਿੱਸਾ ਲਿਆ। ਸਾਰੇ ਜ਼ਿਲ੍ਹਿਆਂ 'ਚੋਂ ਬਾਕਸਰ ਖੇਡਣ ਲਈ ਆਏ ਔਰ ਬਹੁਤ ਹੀ ਵਧੀਆ ਅਰੇਂਜਮੈਂਟ ਇਹਨਾਂ ਦੁਆਰਾ ਕੀਤਾ ਗਿਆ ਸੀ। ਮੇਰੀ ਮਦਦ ਕਰਨ ਦੇ ਲਈ ਤਕਨੀਕੀ ਤੌਰ ਤੇ ਸਾਡੇ ਕੋਲੇ ਜਿਹੜੇ ਬਹੁਤ ਅੱਛੇ ਅੱਛੇ ਅਸੀਂ ਟੈਕਨੀਕਲ ਐਕਸਪਰਟ ਬੁਲਾਏ ਹੋਏ ਸੀ, ਉਹਨਾਂ 'ਚ ਮੁਹੰਮਦ ਹਬੀਬ ਜੀ ਨੇ ਜੋ ਜ਼ਿਲ੍ਹਾ ਖੇਡ ਅਫਸਰ ਮਲੇਰਕੋਟਲਾ ਨੇ, ਸਾਡੇ ਬਾਕਸਿੰਗ ਕੋਚ ਹਰਪ੍ਰੀਤ ਜੀ, ਅਤੇ ਇਹਨਾਂ ਤੋਂ ਇਲਾਵਾ ਪੰਜਾਬ ਦੇ ਵਿੱਚੋਂ ਅਤੇ ਹਰਿਆਣੇ ਤੋਂ ਚੰਡੀਗੜ੍ਹ ਤੋਂ ਬਾਹਰੋਂ ਅਸੀਂ ਤਕਨੀਕੀ ਅਧਿਕਾਰੀ ਬੁਲਾਏ ਸੀ। ਕਿਸੇ ਵੀ ਬਾਊਟ ਦੇ ਉੱਤੇ ਸਾਰੇ ਨਿਰਵਿਘਨ, ਕੋਈ ਸਾਡੇ ਟੂਰਨਾਮੈਂਟ ਦੇ ਵਿੱਚ ਵਿਘਨ ਨਹੀਂ ਪਿਆ, ਕਿਸੇ ਨਾਲ ਕੋਈ ਜਾਤੀ ਨਹੀਂ ਹੋਈ, ਕਿਸੇ ਨੇ ਕਿਸਾਨ ਸਾਨੂੰ ਅੱਗੇ ਕੰਪਲੇਂਟ ਨਹੀਂ ਕੀਤੀ, ਮੈਨੂੰ ਹਰਾਤਾ। ਬਿਲਕੁਲ ਸਾਫ਼ ਸੁਥਰੇ ਡਿਸੀਜਨ ਹੋਏ ਨੇ, ਉਹਨੇ ਜਿੰਨੇ ਵੀ ਗੋਲਡ ਮੈਡਲ ਬੱਚਿਆਂ ਨੇ ਹਾਸਲ ਕੀਤੇ ਨੇ ਇਹਨਾਂ ਦਾ ਅਸੀਂ ਕੋਚਿੰਗ ਕੈਂਪ ਲਾਵਾਂਗੇ। ਇਹ ਬੱਚੇ ਸੀਨੀਅਰ ਨੈਸ਼ਨਲ ਦੇ ਵਿੱਚ ਜਿਹੜੀ ਕਿ ਹੁਣ ਇੱਥੇ ਪੰਚਕੂਲਾ ਵਿਖੇ ਹੋ ਰਹੀ ਹੈ ਉਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਗੇ ਇੱਥੋਂ ਜਿਹੜੇ ਜਿੱਤੇ ਨੇ ਬੱਚੇ। ਬਹੁਤ ਸੋਹਣਾ ਅਰੇਂਜਮੈਂਟ ਇਹਨਾਂ ਦੁਆਰਾ ਕੀਤਾ ਗਿਆ, ਜਲੰਧਰ ਬਾਕਸਿੰਗ ਐਸੋਸੀਏਸ਼ਨ ਦੁਆਰਾ। ਬਹੁਤ ਹੀ ਪੁਰਾਣੇ ਬਾਕਸਰ ਸਾਰੇ ਇਕੱਠੇ ਹੋਏ ਸੀ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਕੀਤਾ, ਬਹੁਤ ਵਧੀਆ ਉਪਰਾਲਾ ਸੀ ਜਿਹੜੀ ਕਿ ਹਮੇਸ਼ਾ ਯਾਦ ਰਹੂਗੀ। ਹਾਂਜੀ, ਸਾਰੇ ਪੰਜਾਬ 'ਚੋਂ ਆਏ ਸੀ ਬਾਕਸਿੰਗ ਦੇ ਪਲੇਅਰ ਸੀ ਜਿਹੜੇ ਸਾਰੇ ਜ਼ਿਲ੍ਹਿਆਂ ਤੋਂ, ਜ਼ਿਲ੍ਹਿਆਂ ਤੋਂ ਇਲਾਵਾ ਸਾਡੇ PIS ਮੋਹਾਲੀ, STC ਮਸਤੂਆਣਾ, ਮਲੇਰਕੋਟਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚੋਂ ਸੀ। ਸਰ ਕਿੰਨੀਆਂ ਟੀਮਾਂ ਖੇਡ ਚੁੱਕੀਆਂ ਨੇ? ਟੀਮਾਂ 22 ਸੀ ਸਾਡੇ ਕੋਲ, 22 ਜ਼ਿਲ੍ਹੇ ਅਤੇ ਇਨਕਲੂਡਿੰਗ ਜਿਹੜੇ ਸਾਡੇ ਐਕਸਟਰਾ ਸਾਡੇ ਯੂਨਿਟ ਨੇ ਉਹਨਾਂ ਦੇ ਸਮੇਤ ਟੋਟਲ 22 ਟੀਮਾਂ ਖੇਡੀਆਂ। ਬਹੁਤ ਬਹੁਤ ਹੀ ਵਧੀਆ ਸਾਡੇ ਇਹਨਾਂ ਨੇ ਉਪਰਾਲਾ ਕੀਤਾ ਜਲੰਧਰ ਵਾਲਿਆਂ ਨੇ, ਬਹੁਤ ਸਕਸੈਸਫੁਲ ਟੂਰਨਾਮੈਂਟ ਰਿਹਾ ਸਾਡਾ ਇਹ। ਬੱਚੇ ਦੀ ਆਲਰਾਊਂਡ ਡਿਵੈਲਪਮੈਂਟ ਹੁੰਦੀ ਹੈ ਜੀ, ਮੈਂਟਲੀ, ਸੋਸ਼ਲੀ, ਫਿਜੀਕਲੀ ਫਿਟਸ ਦਾ ਸਿਟੀਜ਼ਨ ਥਰੋ ਦਾ ਮੀਡੀਅਮ ਆਫ ਐਕਟੀਵਿਟੀ ਪਾਵ ਸਪੋਰਟਸ। ਕੋਈ ਵੀ ਸਪੋਰਟਸ ਕਰ ਲਓ ਤੁਸੀਂ, ਉਹਦੇ ਨਾਲ ਸਾਰੇ ਪੱਖਾਂ ਤੋਂ ਆਦਮੀ ਹੈ ਜਿਹੜਾ ਉਹ ਇੰਪਰੂਵ ਕਰਦਾ, ਨਸ਼ਿਆਂ ਤੋਂ ਤਾਂ ਦੂਰ ਹੁੰਦਾ ਹੀ ਹੁੰਦਾ ਅਤੇ ਬਾਕੀ ਸਾਰੇ ਅੱਖ ਨੇ ਜਿਹੜੇ ਤੁਹਾਨੂੰ ਦੱਸੇ ਨੇ ਸਾਰੇ ਪੱਖਾਂ ਤੋਂ ਬੰਦਾ ਫਿੱਟ ਹੁੰਦਾ। ਉਹਨਾਂ ਨੂੰ ਸੰਦੇਸ਼ ਇਹੀ ਦੇਊਂਗਾ ਕਿ ਮਾਂ ਦੇ ਪੇਟੋਂ ਜਦੋਂ ਬੱਚਾ ਜਨਮ ਲੈਂਦਾ ਕੁਦਰਤੀ ਤੌਰ 'ਤੇ ਉਦੋਂ ਖੇਡਣਾ ਸ਼ੁਰੂ ਕਰ ਦਿੰਦਾ ਉਹ, ਜਿਹੜੀ ਉਦੋਂ ਬੱਚਾ ਐਕਸਰਸਾਈਜ਼ ਕਰਦਾ ਨਾ ਉਹ, ਜੇ ਆਪਾਂ ਵੀ ਐਕਸਰਸਾਈਜ਼ ਕਰ ਲਈਏ ਉਨੀ ਕੁ ਦੇਰ ਤਾਂ ਬੰਦਾ ਵੀ ਬੁੜੇ ਨਹੀਂ ਹੁੰਦਾ, ਨਾ ਬੰਦਾ ਲੱਤਾਂ ਖੜਨ, ਉਹ ਬਹੁਤ ਬੈਸਟ ਐਕਸਰਸਾਈਜ਼ ਆ ਨੇ। ਤੁਸੀਂ ਦੇਖੋ
जन्म लैण सार अचा लत्त मारन लग जाता है। सो इदा कुदरत वालों सानू चीज़ा मिली हुई ने तो इनू संभाल के रखना बहुत बहुत जरूरी है। सरकारां नू भी इहदे वल ध्यान देना चाहिए भी स्पोर्ट्स है जिहड़ी ये तो कंपलसरी सबजैक्ट भी होना चाहिए एजुकेशन का भी। तो साढ़े को मेरे को खेमचंद जी खड़े ने इंस्पैक्टर ने साडे पंजाब पुलिस दे विच पहला पंजाब पुलिस ने बहुत जॉब दित्तियां ने राजदीप गिल महल सिंह भुल्लर जिन्हां नू खेडां दी मां वजों जाणिया जांदा है। असी कोई भी खिडारी उन्हां कोले लै आउंदे सी भी बच्चा बहुत वधिया जी उहनू उह नाल दी नाल रिक्रूट कर लैंदे सी लेकिन हुण पता नहीं की हो गया काफ़ी लंबे समय तो ये सरकारां दीआं अणदेखियां ने जिहड़ियां ध्यान नहीं दे रही बस इधर नू भी स्पोर्ट्स वालिआं नू जिहड़ा बच्चा हुण पंजाब जित्तिआ क्यों ना ये सिपाही दे काबल तां हैगा ही है बच्चा माड़ी मोटी जॉब तां जरूर मिलनी चाहीदी है। धन्यवाद सर। मेरा नाम वरिंदर थापर है जी मैं जलंधर बॉक्सिंग एसोसीएशन का जनरल सैक्रटरी हाँ। ये जी चैंपियनशिप से ये साडा सुभाग्य से भी ये इत्थे पंजाब की धरती से जलंधर की धरती से होया और बड़ा सक्सैसफुल टूरनामेंट होया है। ये स्पैशली असी थैंक्स करांगे अपने ऑफिशियल्स का जिन्होंने बहुत मेहनत करके और बरीकी दे नाल सारे जिहड़े रिजल्ट देखे बाउट्स देखे और रिजल्ट बड़े वधिया बनाया और एक भी रिजल्ट दे विच कोई कंट्रोवर्सी नहीं हुई। इस करके असी सारा श्रेय जिहड़ा आ ये अपने ऑफिशियल्स नूं देवांगे इस टूरनामेंट। जो पंजाब दे अज हालात बने हुए है यूथ थोड़ा जिहा भटकिया होया इहो जे टूरनामेंट्स होंदे रहने चाहीदे आ इहो जे समागम होंदे रहने चाहीदे आ जिन्हां बच्चे स्पोर्ट्स दे नाल जुड़न ते अपनी हैल्थ लई अपने वैल्थ लई कम करन अपने फ्यूचर लई कम करन और पंजाब दा नाम रोशन कर। मेरे ख्याल लगभग लगभग सारी डिस्ट्रिक्ट दी पार्टिसिपेशन सी इहदे विच पंजाब दे जिन्ने डिस्ट्रिक्ट ने उन्हां विच तकरीबन सारयां दी पार्टिसिपेशन सी। असी तां कहांगे आओ देखो इहदा अलग ही मजा है जदों जदों तंदरुस्ती आ ते उहदे नाल तुहानूं सारा कुछ चंगा लगदा। थैंक यू जी धन्नवाद।